ਸਤਿ ਸ਼੍ਰੀ ਅਕਾਲ ਜੀ, ਮੈਂ ਸੁਖਪ੍ਰੀਤ ਕੌਰ ਅਤੇ ਤੁਸੀਂ ਦੇਖ ਰਹੇ ਹੋ ਫਿਲਮੀ ਜੰਕਸ਼ਨ। ਅੱਜ ਹੈ 8 ਦਸੰਬਰ ਅਤੇ ਅੱਜ ਸੁਪਰ ਸਟਾਰ ਰਜਨੀਕਾਂਤ ਦਾ ਬਰਥਡੇ ਹੈ। ਉਹ ਆਪਣਾ 73ਵਾਂ ਜਨਮਦਿਨ ਮਨਾ ਰਹੇ ਨੇ। ਕੀ ਤੁਹਾਨੂੰ ਪਤਾ ਹੈ ਕਿ ਜਿਨ੍ਹਾਂ ਦੀ ਅੱਜ ਇੰਨੀ ਫੈਨ ਫੋਲੋਇੰਗ ਹੈ ਅਤੇ ਇੰਨੀ ਪ੍ਰੋਪਰਟੀ ਦੇ ਮਾਲਕ ਨੇ, ਉਹਨਾਂ ਦਾ ਬੈਕਗਰਾਊਂਡ ਕੀ ਸੀ? ਜੇ ਨਹੀਂ ਪਤਾ ਤਾਂ ਤੁਹਾਨੂੰ ਦੱਸਦੇ ਹਾਂ ਅਸੀਂ ਇਸ ਵੀਡੀਓ ਦੇ ਰਾਹੀਂ। ਸਾਊਥ ਸੁਪਰ ਸਟਾਰ ਰਜਨੀਕਾਂਤ, ਜਿਸ ਨੂੰ ਦੱਖਣ ਭਾਰਤ 'ਚ ਭਗਵਾਨ ਵਾਂਗ ਪੂਜਿਆ ਜਾਂਦਾ ਹੈ, ਦੁਨੀਆ ਭਰ 'ਚ ਉਹਨਾਂ ਦੀ ਜ਼ਬਰਦਸਤ ਫੈਨ ਫੋਲੋਇੰਗ ਹੈ। ਅੱਜ 12 ਦਸੰਬਰ ਨੂੰ ਰਜਨੀਕਾਂਤ ਆਪਣਾ 73ਵਾਂ ਜਨਮਦਿਨ ਮਨਾ ਰਹੇ ਨੇ। ਕੌਣ ਜਾਣਦਾ ਸੀ ਕਿ ਕੰਡਕਟਰ ਵਜੋਂ ਕੰਮ ਕਰਨ ਵਾਲਾ ਇੱਕ ਸਧਾਰਨ ਵਿਅਕਤੀ ਇੱਕ ਦਿਨ ਪੂਰੀ ਦੁਨੀਆ 'ਤੇ ਰਾਜ ਕਰੇਗਾ। ਫਿਲਮਾਂ 'ਚ ਆਉਣ ਤੋਂ ਪਹਿਲਾਂ ਰਜਨੀਕਾਂਤ ਛੋਟੀ ਮੋਟੀ ਨੌਕਰੀ ਕਰਕੇ ਆਪਣਾ ਗੁਜ਼ਾਰਾ ਕਰਦੇ ਸਨ। ਇਹਨਾਂ 'ਚ ਕਰਨਾਟਕ ਟਰਾਂਸਪੋਰਟ ਸੇਵਾ ਵਿੱਚ ਕੁਲੀ, ਤਰਖਾਣ ਤੋਂ ਲੈ ਕੇ ਕੰਡਕਟਰ ਵਜੋਂ ਕੰਮ ਕਰਨ ਤੱਕ ਦੀਆਂ ਨੌਕਰੀਆਂ ਸ਼ਾਮਲ ਨੇ। ਰਜਨੀਕਾਂਤ ਨੇ ਸਿਰਫ 2000 ਰੁਪਏ ਨਾਲ ਆਪਣੇ ਐਕਟਿੰਗ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਆਪਣੇ ਕਰੀਅਰ ਦੇ ਸ਼ੁਰੂਆਤੀ ਪੜਾਅ 'ਚ ਉਸਨੇ ਸ਼੍ਰੀਦੇਵੀ ਨਾਲ ਇੱਕ ਫਿਲਮ ਕੀਤੀ, ਜਿਸ ਵਿੱਚ ਉਸਨੇ ਅਭਿਨੇਤਰੀ ਦੇ ਮਤਰੇਏ ਪੁੱਤਰ ਦੀ ਭੂਮਿਕਾ ਨਿਭਾਈ। ਇਸ ਰੋਲ ਲਈ ਉਸਨੂੰ 2000 ਰੁਪਏ ਦਿੱਤੇ ਗਏ ਸਨ। ਇਸ ਦੇ ਨਾਲ ਹੀ ਅੱਜ ਰਜਨੀਕਾਂਤ ਕਿਸੇ ਫਿਲਮ ਲਈ 100 ਕਰੋੜ ਰੁਪਏ ਤੋਂ ਘੱਟ ਨਹੀਂ ਲੈਂਦੇ ਨੇ। ਹਾਲ ਹੀ 'ਚ ਉਹਨਾਂ ਦੀ ਫਿਲਮ ਜੇਲਰ ਰਿਲੀਜ਼ ਹੋਈ ਸੀ, ਜਿਸ ਲਈ ਉਹਨਾਂ ਨੂੰ 110 ਕਰੋੜ ਰੁਪਏ ਦੀ ਫੀਸ ਮਿਲੀ। ਜੇਲਰ ਦੇ ਮੁਨਾਫੇ ਦੀ ਵੰਡ ਸਮੇਤ ਰਜਨੀਕਾਂਤ ਨੇ ਕੁੱਲ 210 ਕਰੋੜ ਰੁਪਏ ਇਕੱਠੇ ਕੀਤੇ ਸਨ। ਫਾਈਨੈਂਸ਼ੀਅਲੀ ਐਕਸਪ੍ਰੈਸ ਮੁਤਾਬਕ ਰਜਨੀਕਾਂਤ ਦੀ ਕੁੱਲ ਜਾਇਦਾਦ 430 ਕਰੋੜ ਰੁਪਏ ਹੈ। ਫਿਲਮਾਂ ਤੋਂ ਇਲਾਵਾ ਥਲਾਈਵੀ ਸਟਾਰ ਮਹਿੰਗੀਆਂ ਕਾਰਾਂ ਦਾ ਵੀ ਸ਼ੌਕੀਨ ਹੈ। ਇਹਨਾਂ 'ਚ 6.5 ਕਰੋੜ ਰੁਪਏ ਦੀ ਕੀਮਤ ਵਾਲੀ ਰੋਲਸ ਰਾਇਸ ਫੈਂਟਮ ਅਤੇ 6 ਕਰੋੜ ਦੀ ਕੀਮਤ ਵਾਲੀ ਰੋਲਸ ਰਾਇਸ ਗੋਸਟ ਵਰਗੀਆਂ ਮਹਿੰਗੀਆਂ ਕਾਰਾਂ ਸ਼ਾਮਲ ਨੇ। ਇਸ ਤੋਂ ਇਲਾਵਾ ਉਸ ਕੋਲ BMW ਵੀ ਹੈ। ਚੇਨਈ 'ਚ ਸਥਿਤ ਰਜਨੀਕਾਂਤ ਦੇ ਆਲੀਸ਼ਾਨ ਬੰਗਲੇ ਦੀ ਕੀਮਤ ਕਰੀਬ 35 ਕਰੋੜ ਰੁਪਏ ਹੈ।